ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਇਕਨੋਮਿਕਲੀ ਵਿਕਰ ਸੈਕਸ਼ਨਜ਼ ਦੇ ਬਾਰੇ ਸ਼ੁਰੂਆਤੀ ਮੁਹਾਵਰੇ ਵਿੱਚ ਸਭ ਤੋਂ ਪਹਿਲੀ ਖਬਰ ਐਸਬੀਪੀ ਹਾਊਸਿੰਗ ਲਿਮਟਿਡ ਖਰੜ ਦੀ ਸੁਸਾਇਟੀ ਬਾਰੇ ਕਰਾਂਗੇ ਦੱਸਾਂਗੇ ਕਿ 2015 ਚ ਕੰਪਨੀ ਦੇ ਡਾਇਰੈਕਟਰ ਦੇ ਵਿਰੁੱਧ ਦਰਜ ਹੋਏ ਪਰਚੇ ਦਾ ਹੁਣ ਕੀ ਸਟੇਟਸ ਹੈ ਦੱਸਾਂਗੇ ਕਿ ਐਸਬੀਪੀ ਵੱਲੋਂ ਬਣਾਏ 108 ਇਕਨੋਮਿਕਲੀ ਵੀਕਰ ਸੈਕਸ਼ਨਸ ਦੇ ਲਈ ਫਲੈਟ ਉਹ ਕਿਸ ਨੂੰ ਦਿੱਤੇ ਗਏ ਤੇ ਉਹਨਾਂ ਦੀ ਹੁਣ ਸਥਿਤੀ ਕੀ ਹੈ ਗੱਲ ਖਰੜ ਮਿਨਿਸਪਲ ਕਾਉਂਸਲ ਦੀ ਅਤੇ ਖਰੜ ਪੁਲਿਸ ਦੀ ਵੀ ਕਰਾਂਗੇ ਆਓ ਸ਼ੁਰੂ ਕਰਦੇ ਹਾਂ एजेंडा ਸਤਿ ਸ਼੍ਰੀ ਅਕਾਲ ਨਮਸਕਾਰ ਆਦਰਯੋਗ ਗਰੀਬ 4 ਏਕੜ ਚ ਵਸੀ ਐਸ ਬੀਪੀ ਹਾਊਸਿੰਗ ਸੁਸਾਇਟੀ ਖਰੜ ਉਸ ਦੇ ਵਿੱਚ 108 ਈ ਡਬਲਯੂ ਐਸ ਸਕੀਮ ਤਹਿਤ ਫਲੈਟ ਬਣਾਏ ਗਏ ਪਰ ਇਹ ਅਜੇ ਤੱਕ ਕਿਸੇ ਵੀ ਗਰੀਬ ਇਕਨੋਮਿਕਲੀ ਵਿਕਰ ਵਿਅਕਤੀ ਨੂੰ ਨਹੀਂ ਮਿਲੇ 2011 ਚ ਇੰਨਾ ਫਲੈਟਸ ਦੀ ਅਲਾਟਮੈਂਟ ਹੋਈ 2013 ਚ ਇੱਕ ਅਲੋਟੀ ਸਤਨਾਮ ਸਿੰਘ ਦੋਂ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਗਰੀਬਾਂ ਲਈ 1 ਰੂਮ ਟੈਨਮੈਂਟ ਉਹ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਤੇ ਗਲਤ ਬੰਦਿਆਂ ਨੂੰ ਅਲਾਟਮੈਂਟ ਹੋ ਰਹੀ ਹੈ 2015 ਚ ਐਫ ਆਈ ਆਰ ਨੰਬਰ 215 ਪੁਲਿਸ ਸਟੇਸ਼ਨ ਖਰੜ ਸਿਟੀ ਦਰਜ ਹੋ ਜਾਂਦਾ ਅਕਾਲੀ ਭਾਜਪਾ ਸਰਕਾਰ ਹੁੰਦੀ ਆ ਪਰ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਬਲਕਿ ਹੁਣ ਕੋਸ਼ਿਸ਼ਾਂ ਇਹ ਹੋ ਰਹੀਆਂ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਹ ਪਰਚਾ ਕਿਸੇ ਤਰੀਕੇ ਅਦਾਲਤ ਤੋਂ ਕੈਨਸਲ ਕਰਵਾਤਾ ਜਾਏ ਹੁਣ ਤੁਹਾਨੂੰ ਈਡਬਲਯੂਐਸ ਸਕੀਮ ਬਾਰੇ ਦੱਸਦੇ ਆ ਇਸ ਸਰਕੀਮ ਦੀਆਂ ਪੰਜ ਸ਼ਰਤਾਂ ਹੁੰਦੀਆਂ ਨੇ ਦੋ ਵੱਡੇ ਫਾਇਦੇ ਕਲੋਨਾਈਜ਼ਰ ਨੂੰ ਜਾਂ ਬਿਲਡਰ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਸਰਕਾਰ ਵੱਲੋਂ ਫਾਇਦੇ ਕੀ ਦਿੱਤੇ ਜਾਂਦੇ ਆ ਪਹਿਲਾਂ ਤਾਂ ਇਹਦਾ ਹੈਗਾ ਜੀ ਐਕਸਟਰਨਲ ਡਿਵੈਲਪਮੈਂਟ ਚਾਰਜ ਨਹੀਂ ਲੱਗਦਾ ਬਿਲਡਰ ਤੇ ਫੀਰ ਲੈਸਨਸ ਫੀ ਨਹੀਂ ਲੱਗਦੀ ਫਿਰ ਸੋਸ਼ਲ ਇਨਫਰਾਸਟ੍ਰਕਚਰ ਫੀਸ ਨਹੀਂ ਲੱਗਦੀ ਯਾਨੀ ਕਿ ਕੋਈ ਲੱਖਾਂ ਦਾ ਫਾਇਦਾ ਬਲਕਿ ਕਰੋੜਾਂ ਦਾ ਹੀ ਫਾਇਦਾ ਹੋ ਜਾਂਦਾ ਹੈ ਤੇ ਇਹ ਜਿਹੜੇ ਤੁਹਾਨੂੰ ਅਸੀਂ ਪੁਆਇੰਟ ਦੱਸੇ ਆ ਇਹ ਮੁੱਖ ਤੌਰ ਤੇ ਅਰਬਨ ਹਾਊਸਿੰਗ ਡਿਵੈਲਪਮੈਂਟ ਮਹਿਕਮੇ ਦੇ ਇਹ ਪਾਲਿਸੀ ਆ ਤੇ ਇਹ ਪਾਲਿਸੀ ਲੋਕਲ ਗਵਰਨਮੈਂਟ ਮਹਿਕਮੇ ਤੋਂ ਵੱਖ ਨਹੀਂ ਹੋ ਸਕਦੀ ਹੁਣ ਦੱਸਦੇ ਆ ਕਿ ਇਸ ਸਕੀਮ ਦੇ ਫਾਇਦੇ ਕੀ ਲੈ ਸਕਦੇ ਨੇ ਲੋਕ ਉਹ ਲੋਕ ਫਾਇਦੇ ਲੈ ਸਕਦੇ ਆ ਸਸਤੇ ਫਲੈਟ ਐਪਲੀਕੈਂਟ 10 ਸਾਲ ਤੋਂ ਪੰਜਾਬ 'ਚ ਰਹਿੰਦਾ ਹੋਵੇ ਉਹਦਾ ਸਬੂਤ ਹੋਵੇ ਫਰਮ ਦੀ ਡੇਟ ਆਫ ਅਪਲਾਈਂਗ ਜਿਸ ਦਿਨ ਉਹ ਅਪਲਾਈ ਕਰਦਾ ਐਪਲੀਕੈਂਟ ਦੀ ਐਨੂਅਲ ਇਨਕਮ 2011 ਵਿੱਚ ਜੋ ਤੈਅ ਸੀ 3 ਲੱਖ ਰੁਪਏ ਸਲਾਨਾ ਹੋਵੇ ਇਹ ਹੁਣ ਵਧਾ ਕੇ 6 ਲੱਖ ਰੁਪਏ ਕਰ ਦਿੱਤੀ ਗਈ ਹੈ ਐਪਲੀਕੈਂਟ ਕੋਲ ਜਾਂ ਉਸਦੇ ਫੈਮਿਲੀ ਮੈਂਬਰ ਕੋਲ ਪੰਜਾਬ ਚ ਜਾਂ ਚੰਡੀਗੜ੍ਹ ਦੇ ਵਿੱਚ ਕੋਈ ਰੈਜ਼ੀਡੈਂਸ਼ੀਅਲ ਮਕਾਨ ਨਹੀਂ ਹੋਣਾ ਚਾਹੀਦਾ ਫ੍ਰੀ ਹੋਲਡ ਜਾਂ ਲੀਜ਼ ਹੋਲਡ ਮਕਾਨ ਨਹੀਂ ਹੋਣਾ ਚਾਹੀਦਾ ਕੁੱਲ ਬਣੇ ای ਡਬਲਯੂ ਐਸ ਫਲੈਟਸ ਚੋਂ 20% ਜੇ ਕੋਈ ਨੇੜੇ ਤੇੜੇ ਫੈਕਟਰੀ ਜਾਂ ਕੋਈ ਸਨਤੀਦਾਰਾ ਲੱਗਿਆ ਹੋਇਆ ਉਹ ਦੇ ਲੇਬਰ ਕਲਾਸ ਨੂੰ ਦੇਣਾ ਚਾਹੀਦਾ ਫਿਰ ਅੱਗੇ ਆਉਂਦੇ ਹਾਂ ਜੀ ਹੁਣ ਸੁਣੋ ਕਿ ਐਸਬੀਪੀ ਨੇ ਮ्युनਿਸਪਲ ਕਾਉਂਸਲ ਖਰੜ ਦੀ ਮਿਲੀ ਭੂਤ ਨਾਲ ਕੀਤਾ ਕੀ ਜਦੋਂ ਸ਼ਿਕਾਇਤ ਹੋ ਗਈ ਤੇ ਐਫਆਈਆਰ ਦਰਜ ਹੋ ਗਈ ਡਾਇਰੈਕਟਰ ਅਮਨ ਸਿੰਘਲਾ ਅਜੀਤ ਗੁਪਤਾ ਰਕੇਸ਼ ਗੁਪਤਾ ਜਿਹੜੇ ਕੇ ਇਸ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਨਾਮ ਆ ਗਏ ਤਾਂ ਫਿਰ ਜਿਹੜਾ ਨਕਸ਼ਾ 2011 ਚ ਪਾਸ ਕਰਵਾਇਆ ਗਿਆ ਸੀ ओरिजिनल ਉਹਨਾਂ ਨੂੰ ਮਿਲੀ ਭੁਗਤ ਨਾਲ ਚੇਂਜ ਕਰਤਾ ਬਦਲਾਤਾ ਉਹ ਫਿਰ ਬਦਲਿਆ ਕਿਵੇਂ ਜੀ ਉਹ ਮਿਨਿਸਪਲ ਕਾਉਂਸਲ ਦੇ ਜਿਹੜੇ ਅਧਿਕਾਰੀ ਨੇ ਵੱਡੇ ਛੋਟੇ ਮੰਦਾਜ਼ਮ ਸਾਰੇ ਉਹਦੇ ਨਾਲ ਸਹਿਮਤ ਹੋ ਗਏ ਤੇ ਫਿਰ ਉਹ ਉਹਨਾਂ ਨੇ ਬਦਲਿਆ ਹੋਇਆ ਨਕਸ਼ਾ ਅਪਰੂਵ ਕਰਤਾ ਬਦਲੇ ਹੋਏ ਨਕਸ਼ੇ ਚ ਕੀਤਾ ਕਿ ਜਿਹੜਾ ਪਹਿਲੇ ਨਕਸ਼ੇ ਚ ਟਾਬਰ ਨੰਬਰ ਨੂੰ ਇਹਦੇ ਵਿੱਚ 1808 ਫਲੈਟ ای ਡਬਲਯੂ ਐਸ ਕੈਟਾਗਰੀ ਦੇ ਸੀ ਉਹ ਸਾਰਿਆਂ ਨੂੰ ਹੀ ਦੂਜੀ ਕੈਟਾਗਰੀ ਯਾਨੀ ਕਿ ਨੋਰਮਲ ਜਨਰਲ ਕੈਟਾਗਰੀ ਬਣਾਤਾ ਤੇ ਕਿਉਂਕਿ ਹੁਣ ਤੁਹਾਨੂੰ ਦੱਸਦੇ ਆਂ ਬਈ ਜਿਹੜਾ ای ਡਬਲਯੂ ਐਸ ਫਲੈਟ ਸੀ ਉਹਦੀ ਕੀਮਤ ਹੈ ਸੀ ਕਰੀਬ 5 ਲੱਖ ਰੁਪਿਆ ਸਬਸਿਡਾਈਜ਼ ਕਿਉਂਕਿ ਸਰਕਾਰ ਨੇ ਰਾਤਾਂ ਦਿੱਤੀਆਂ ਇਨਸੈਂਟਿਵਸ ਦਿੱਤੇ ਬਿਲਡਰ ਨੂੰ ਕਲੋਨਾਈਜ਼ਰ ਨੂੰ ਦੇ ਫੇਰ ਉਹਦੇ ਵਿੱਚ ਸ਼ਰਤ ਆਇਆ ਸੀ ਕਿ ਤੁਸੀਂ ਇਹ ਫਲੈਟ ਜਿਹੜੇ 1 ਰੂਮ ਵਾਲੇ ਆ ਇਹ ਸਾਦੇ ਫਲੈਟ ਹੁੰਦੇ ਆ ਜੀ ਇਹਦੇ ਵਿੱਚ ਕੋਈ ਇਹ ਨਹੀਂ ਵੀ ਬਾਹਰ ਇੰਟਰਟੇਨਮੈਂਟ ਉਲਾਂ ਲਾਈਆਂ ਹੋਣ ਬਹੁਤ ਮਹਿੰਗੇ ਆਸਮਾਨ ਲਾਇਆ ਹੋਵੇ ਦੇ ਆਰ ਮੋਡਰੇਟਲੀ ਕੰਸਟਰਕਟਿਡ ਸੋ ਉਹਨੂੰ 5 ਲੱਖ ਚ ਰੱਖਿਆ ਗਿਆ ਪਰ ਇਹ ਕਰ ਕੀ ਰੇ ਸੀ ਐਸਪੀਪੀਪੀ ਵਾਲੇ ਇਹ 14,70,000 ਰੁਪਏ ਲਈ ਜਾਂਦੇ ਸੀ ਉਹਨਾਂ ਫਲੈਟਾਂ ਦੇ ਕਿ ਕਿਉਂਕਿ ਹੁਣ ਜਰਨਲ ਕੈਟੇਗਰੀ 'ਚ ਪਾ ਦਿੱਤਾ ਉਹਨਾਂ ਨੇ ਆਪਣੇ ਟਰੈਕਸ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੈ ਜਰਨਲ ਦੇ ਇਸ ਕਰਕੇ ਨੂੰ 14.70 ਲੱਖ 'ਚ ਅਸੀਂ ਵੇਚ ਰਹੇ ਹਾਂ ਅੱਜ ਲੋਕਲ ਗਵਰਨਮੈਂਟ ਦੀਆਂ ਸ਼ਰਤਾਂ ਹੁਣ ਤੱਕ ਐਸਬੀਪੀ ਨੇ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਤੇ ਮਿਊਨਿਸਪਲ ਕਾਉਂਸਲ ਖਰੜ ਦੇ ਜਿਹੜੇ ਮੌਜੂਦਾ ਅਧਿਕਾਰੀ ਆ ਉਹ ਵੀ ਮੌਨ ਵਰਤੀ ਬੈਠੇ ਆ ਡਾਇਰੈਕਟਰ ਲੋਕਲ ਗਵਰਨਮੈਂਟ ਨੇ 4/8/2014 ਨੂੰ ਲਿਖਿਆ ਪਾਸ ਕੀਤੇ ਨਕਸ਼ੇ ਮੁਤਾਬਕ 108 EWS ਫਲੈਟ ਬਣਾਉਣੇ ਸੀ ਪਰ ਅਜੇ ਹਾਂ ਨਹੀਂ ਕੀਤਾ ਗਿਆ SBP ਵੱਲੋਂ ਉਸ ਵਕਤ ਦੇ SP ਹਰਪਾਲ ਸਿੰਘ ਨੇ 12 3 2015 ਨੂੰ ਲਿਖਿਆ ਕਿ ਐਸਬੀਪੀ ਵੱਲੋਂ ਫਰਾਡ ਕੀਤਾ ਗਿਆ ਇਹ ਲਿਖਤੀ ਰੂਪ ਦੇ ਵਿੱਚ ਹੈ ਇਹ ਜਿਹੜੀ ਸਕੀਮ ਹੈ ਈਡਬਲਯੂਐਸ ਸਕੀਮ ਦੱਸਦੀ ਹੈ ਕਿ 2008 ਤੋਂ ਸ਼ੁਰੂ ਕੀਤੀ ਗਈ ਹੈ ਤੇ ਦੋਸਤੋ ਅੱਜ ਤੱਕ ਪੰਜਾਬ ਚ ਕਿਸੇ ਵੀ ਈਡਬਲਯੂਐਸ ਕੈਟਾਗਰੀ ਦੇ ਬੰਦੇ ਨੂੰ ਯਾਨੀ ਕਿ ਜਿਹੜਾ ਇਕਨੋਮਿਕਲੀ ਵੀਕ ਗਿਣਿਆ ਜਾਂਦਾ ਹੈ ਸ਼ਰਤਾਂ ਇਕਨੋਮਿਕਲੀ ਵੀਕ ਦੀਆਂ ਪੂਰੀਆਂ ਕਰਦਾ ਇੱਕ ਵੀ ਫਲੈਟ ਅੱਜ ਤੱਕ ਉਹਨਾਂ ਨੂੰ ਨਹੀਂ ਮਿਲਿਆ ਇਹ ਕਾਰਗੁਜ਼ਾਰੀ ਹੈ ਸਾਡੀਆਂ ਸਰਕਾਰਾਂ ਦੀ ਇਹ ਕਾਰਗੁਜ਼ਾਰੀ ਹੈ ਸਾਡੇ ਬਿਲਡਰਜ਼ ਦੀ ਤੇ ਕਲੋਨਾਈਜ਼ਰਜ਼ ਦੀ ਉਸ ਵਕਤ ਦੇ ਜੇ ਈ ਨੇ ਮੌਜੂਦ ਜੋ ਕਿ ਹੁਣ ਮੌਜੂਦਾ ਐਸਟੀਓ ਬਣ ਗਏ ਨਗਰ ਕੌਂਸਲ ਖਰੜ ਦੇ ਇੰਦਰ ਮੋਣ ਉਹਨਾਂ ਨੇ ਲਿਖਿਆ ਕਿ ਐਸ ਬੀ ਪੀ ਦਾ 2211 ਵਾਲਾ ਜਿਹੜਾ ਨਕਸ਼ਾ ਸੀ ਉਹ ਸਹੀ ਆ ਟਾਵਰ ਨੰਬਰ 9 ਐਸ ਬੀ ਪੀ ਦਾ ਇਕਨੋਮਿਕਲੀ ਵੀਕਰ ਸੈਕਸ਼ਨ ਕੈਟਾਗਰੀ ਦੇ ਫਲੈਟ ਫਲੈਟਾਂ ਦੇ ਲਈ ਹੀ ਪਾਸ ਕੀਤਾ ਗਿਆ ਸੀ ਐਸ ਬੀ ਹਰਪਾਲ ਸਿੰਘ ਨੇ ਫੇਰ ਸਪਸ਼ਟ ਕੀਤਾ ਇੱਕ ਵੱਖਰੇ ਕਾਗਜ਼ ਤੇ ਕਿ ਐਮ ਡੀ ਆਮਨ ਸਿੰਘਲਾ ਡਾਇਰੈਕਟਰ ਅਜੀ ਗੁਪਤਾ ਤੇ ਫੇਰ ਤੀਜਾ ਡਾਕਟਰ ਕੇਸ਼ ਗੁਪਤਾ ਇਨਾਂ ਦੀ ਬਰਦ ਪਰਚਾ ਦਰਜ ਕਰ ਦੇਣਾ ਚਾਹੀਦਾ ਤੇ ਫਿਰ ਪਰਚਾ ਦਰਜ ਹੋ ਵੀ ਗਿਆ ਐਫ ਆਈ ਆਰ ਨੰਬਰ 215 ਆਫ 2015 ਅੱਗੇ ਆਉਣਾ ਜੀ ਉਸ ਵਕਤ ਦੇ ਡਿਸਟ੍ਰਿਕਟ ਅਟਾਰਨੀ ਲੀਗਲ ਨੇ ਸ਼ਰਾਰਤ ਕੀਤੀ ਸ਼ਰਾਰਤ ਪਰ ਉਹ ਚੱਲੀ ਨਹੀਂ ਉਹ ਡੀ ਇਹ ਲਿਖਦਾ ਜੀ ਇਹ ਮਾਮਲਾ ਸਾਰਾ ਹੀ ਮਾਮਲਾ ਰੈਫਰ ਕਰ ਦਿਓ ਗਮਾੜਨ ਗ੍ਰੇਟਰ ਮੋਹਾਲੀ ਜਿਹੜਾ ਏਰੀਆ ਡਿਵੈਲਪਮੈਂਟ ਅਥਾਰਟੀ ਬਰ ਸੋਚਣ ਵਾਲੀ ਗੱਲ ਆ ਭਈ ਇਹ ਜਿਹੜਾ ਮਾਮਲਾ ਤਾਂ ਮਿਨਿਸਪਲ ਕਾਉਂਸਲ ਦਾ ਕਿਉਂਕਿ ਲੋਕਲ ਬਾਡੀ ਮਹਿਕਮੇ ਦਾ ਤੇ ਫਿਰ ਗਮਾੜਾ ਕੋਲ ਕਿਉਂ ਭੇਜ ਦਿਓ ਕੋਸ਼ਿਸ਼ ਕੀਤੀ ਉਹਨੂੰ ਸ਼ਰਾਰਤ ਕਰਨ ਦੀ ਪਰ ਪੂਰਨ ਨਹੀਂ ਚੜੀ ਤੇ ਐਫ ਆਈ ਆਰ ਹੋ ਗਈ ਬੰਦਿਆਂ ਦੇ ਨਾਮ ਦਿੱਤੇ ਗਏ ਪਰ ਕਾਦੀ ਐਫ ਆਈ ਆਰ ਹੋਈ ਬੰਦਾ ਇੱਕ ਵੀ ਨਹੀਂ ਫੜਿਆ ਨਾ ਕਿਸੇ ਦੀ ਪੁੱਛਗਿੱਛ ਹੋਈ ਹੈ ਚੱਜ ਨਾਲ ਜਿਵੇਂ ਕਰਦੀ ਹੁੰਦੀ ਪੁਲਿਸ ਖੈਰ ਇੱਕ ਨਵੇਂ ਜਾਂਚ ਅਧਿਕਾਰੀ ਐਸ ਪੀ ਇਨਵੈਸਟੀਗੇਸ਼ਨ ਨੇ ਫੇਰ ਲਿਖਿਆ ਕਿ 2011 ਵਾਲੇ ਨਕਸ਼ੇ ਨੂੰ ਅਸਲੀ ਮੰਨਿਆ ਜਾਊਗਾ ਪਰ ਜਿਹੜੀ ਮਿਊਨਿਸਪਲ ਕਾਉਂਸਲ ਆ ਉਹਨਾਂ ਨੇ ਗਲਤ ਨਕਸ਼ਾ ਦੂਜਾ 1332015 ਨੂੰ ਅਪਰੂਵ ਕਰਤਾ ਪਰ ਇੱਥੇ ਇੱਕ ਚੀਜ਼ ਸਮਝ ਨਹੀਂ ਆ ਰਹੀ ਠੀਕ ਆ ਐਸਬੀਪੀ ਦਾ ਕੰਮ ਉਹਨਾਂ ਨੇ ਕਰਤਾ ਜਿਹੜਿਆਂ ਨੇ ਇਹ ਗਲਤ ਕੰਮ ਕੀਤਾ ਨਕਸ਼ਾ ਤਬਦੀਲ ਕੀਤਾ ਉਹਦੇ ਬਾਰੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਲਿਖਦੀ ਰਿਹਾ ਵੀ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕਰ ਲੋ ਮਿਨਿਸਪਲ ਕਾਉਂਸਲ ਨੇ ਕੀਤਾ ਨਾ ਜੀ ਨਕਸ਼ਾ ओरिजिनल ਬਦਲ ਕੇ ਦੂਜਾ ਨਕਸ਼ਾ ਬਣਾ ਤਾ ਅਪਰੂਵ ਕਰਤਾ ਜੇ ਫਿਰ ਜਿਹੜੇ ਜਿਹਨਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਵਿਰੁੱਧ ਹਜੇ ਕੋਈ ਕਾਰਵਾਈ ਨਹੀਂ ਨਾ ਕਿਤੇ ਨਾ ਨੀ ਜ਼ਿਕਰ ਨਹੀਂ ਅਸੀਂ ਇਹ ਖਬਰ ਦੇ ਰਹੇ ਹਾਂ ਇਹਨੂੰ ਫੋਲੋ ਕਰਾਂਗੇ ਅਸੀਂ ਜਾਂਚ ਕਰਾਂਗੇ ਅੱਗੇ ਕਿ ਉਹ ਜਿਹਨੇ ਬੰਦੇ ਸੀ ਉਸ ਵਕਤ ਕੌਣ ਸੀ ਜਿਨ੍ਹਾਂ ਨੇ ਇਹ ਨਕਸ਼ਾ 2013 ਚ ਬਦਲਿਆ ਤੇ ਬਦਲਿਆ ਕਿਉਂ ਤੇ ਹੁਣ ਜੇ ਅਸੀਂ ਪੁੱਛਦੇ ਐਵੇਂ ਫਾਈਲ ਦੇਖ ਕੇ ਦੱਸੋ ਉਹਦਾ ਆਧਾਰ ਕੀ ਬਣਾਇਆ ਮੱਲਕੇ ਉਹਦੇ ਵਿੱਚ ਬੇਸ ਕੀ ਬਣਾਇਆ ਘੁੰਡੀ ਕੀ ਪਾਈ ਜਿਵੇਂ ਬਾਹੂ ਪਾਉਂਦੇ ਹੁੰਦੇ ਆ ਕੋਈ ਦੱਸਦਾ ਹੀ ਨਹੀਂ ਹੁਣ ਆਲਾ ਕਿਹੜਾ ਬੋਲਦਾ ਜਿਹੜਾ ਈਓ ਹੈਗਾ ਭੁਪਿੰਦਰ ਸਿੰਘ ਜਮਾ ਨਹੀਂ ਬੋਲਦਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅਸੀਂ ਨੂੰ ਕੀ ਕੀ ਪੁੱਛਿਆ ਇਹ ਸਕੈਂਡਲ ਉਜਾਗਰ ਹੋਇਆ ਕਿ ਨਹੀਂ ਤੁਹਾਨੂੰ ਇਹ ਦੱਸਦੇ ਕਿ ਸਕੈਂਡਲ ਉਜਾਗਰ ਹੋਇਆ ਕਿ ਨਹੀਂ ਸਤਨਾਮ ਦਾਉ ਇੱਕ ਐਕਟਵਿਸਟ ਪੰਜਾਬ ਅਗੇਂਸਟ ਕਰਪਸ਼ਨ ਜਥੇਬੰਦੀ ਚਲਾਉਂਦਾ ਉਹਨੇ 2011 ਦੇ ਵਿੱਚ 1 ਰੂਮ ਟੈਨਮੈਂਟ ਲਈ ਐਸਪੀਪੀ ਚ ਅਪਲੀਕੇਸ਼ਨ ਦਿੱਤੀ ਉਹਨੂੰ ਫਲੈਟ ਨੰਬਰ ਅਲੋਟ ਹੋਣ ਦੀ ਚਿੱਠੀ ਆ ਗਈ 2023/1 ਉਹ ਬਲਾਕ ਨੰਬਰ 9 ਚ ਅਲੋਟ ਹੋ ਗਿਆ ਤੇ ਫਿਰ ਉਸ ਤੋਂ ਜੀ ਮੰਗੇ ਕਿਨੇ ਪੈਸੇ ਕਿੰਨੇ 14 ਲੱਖ 70 ਹਜ਼ਾਰ ਰੁਪਏ ਦੇ ਦਿਓ ਉਹ ਐਂਸੀ ਕਿਹਾ ਜੀ ਦੇ ਦੇ ਦਿੰਦੇ ਆ ਓਵਰ ਬੈਂਕ ਕੇ ਐਕਸੈਸ ਬੈਂਕ ਉਹ ਕਹਿੰਦੇ ਮੈਂ ਫਲੈਟ ਮੈਨੂੰ ਅਲਾਟਮੈਂਟ ਲੈਟਰ ਆ ਗਈ ਆ ਮੈਨੂੰ ਲੋਨ ਪਾਸ ਕਰਦੇ ਹੋ ਇਹਨੇ ਪੈਸੇ ਦੇਣੇ ਆ ਬੈਂਕ ਵਾਲੇ ਕਹਿੰਦੇ ਜੀ ਦੇ ਦਿੰਦੇ ਆ ਲਿਓ ਕਾਗਜ਼ ਪੱਤਰ ਦੇ ਦਿੱਤਾ ਸਾਰਾ ਕੁਝ ਫੇਰ ਜਦੋਂ ਮਹੀਨਾ ਡੇਢ ਮਹੀਨਾ ਲੰਘ ਗਿਆ ਲੋਨ ਕਹਿੰਦੇ ਜੀ ਹਜੇ ਹੋ ਰਿਹਾ ਸਟੱਡੀ ਹੋ ਰਿਹਾ ਸਵੇਰ ਸਰਵੇਅਰ ਜਾਊਗਾ ਅਲਟੀਮੇਟਲੀ ਬੈਂਕ ਨੇ ਨਾ ਕਰਤੀ ਇਹ ਪੁੱਛੋ ਨਾ ਕਿਉਂ ਕਰਤੀ ਕਿੰਦ ਜੀ ਸਾਡੀ ਕੰਪਨੀ ਦਾ ਸਿਕਰਟ ਆ ਦੱਸ ਨਹੀਂ ਸਕਦੇ ਜਦ ਕੰਰ ਦੇ ਕਰਾਉਂਦੇ ਗੱਲ ਇਹ ਨਿਕਲੀ ਕਿ ਬੈਂਕ ਕਹਿੰਦਾ ਜੀ ਉਹ ਹੈਗੇ ਆ ਫਲੈਟ ਈ ਡਬਲਯੂ ਐਸ ਕੈਟੇਗਰੀ ਦੇ ਉਹਦੀ ਕੀਮਤ ਤਾਂ 5 ਲੱਖ ਰੁਪਏ ਹੀ ਹੈ ਤੇ 5 ਲੱਖ ਰੁਪਏ ਦੀ ਜਿਦਾਦ ਦੇ ਬਦਲੇ ਤੁਸੀਂ ਸਾਡੇ ਤੋਂ 14 ਲੱਖ 70 ਹਜ਼ਾਰ ਰੁਪਏ ਮੰਗੀ ਜਾਂਦੇ ਹੋ ਬੜੀ ਵਾਜਬ ਗੱਲ ਤੁਸੀਂ 5 ਲੱਖ ਦਾ ਫਲੈਟ ਕਾਗਜ਼ਾਂ 'ਚ ਨਕਸ਼ਾ ਨੰਬਰ 1 ਦੇ ਮੁਤਾਬਕ ਤੇ ਫਿਰ ਤੁਸੀਂ ਕੀਮਤ ਰੱਖਤੀ ਉਹਦਾ ਹੀ 14.70 ਲੱਖ ਕੋਈ ਨਵੇਂ ਨੋਟ ਵੱਡੇ ਗਏ ਲੋਕਾਂ ਦੇ ਖੈਰ ਫਾਇਦਾ ਕਿਹਨੂੰ ਹੋਇਆ ਜੀ ਫਾਇਦਾ ਤਾਂ ਫਿਰ ਇਹਨੂੰ ਹੋਣਾ ਸੀ ਤੁਹਾਨੂੰ ਦਿਖ ਹੀ ਰਿਹਾ ਕੋਲੋਨਾਈਜ਼ਰ ਨੂੰ ਹੋਇਆ ਜਦੋਂ ਇਹਦਾ ਲੋਨ ਬੈਂਕ ਨੇ ਰਿਜੈਕਟ ਕਰਤਾ ਤੇ ਇਹਨੂੰ ਪਤਾ ਲੱਗ ਗਿਆ ਸਤਨਾਮ ਦੋਨੋਂ ਵੀ ਆ ਕਾਂਡ ਹੋਈ ਜਾਂਦਾ ਹੈ ਖਰੜ ਦੇ ਵਿੱਚ ਇਹਨੇ ਫਿਰ ਇਹਦੀ ਕੋ ਕੀਤੀ ਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ 2013 ਦਾ ਕੰਮ ਸੀ ਇਹ ਜਦੋਂ ਇਹਦਾ ਲੋਨ ਰਿਫਿਊਜ਼ ਹੋਇਆ ਤੇ ਫਿਰ ਇਹਨੇ ਜੋਸ਼ ਕਹਿ ਤਿਸ਼ਕੈਤ ਪਿਛਾ ਕੀਤਾ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਸੀ ਇਹਨੇ بڑے ਜਲੂਸ ਵਗੈਰਾ ਵੀ ਕੱਢੇ ਨਾਰੇਬਾਜ਼ੀ ਕੀਤੀ ਚਿੱਠੀਆਂ ਦਿੱਤੀਆਂ ਬਹੁਤ ਕੁਝ ਕੀਤਾ ਮਿਹਨਤੀ ਮੁੰਡਾ ਉਹਨੇ ਜੀ ਫਿਰ ਪਰਚਾ ਦਰਜਪੁਲਿਸ ਨੇ ਕਰਤਾ ਹੁਣ ਗੱਲ ਅੱਗੇ ਇਹ ਆਉਂਦੀ ਆ ਕਿ 5 ਲੱਖ ਦਾ ਫਲੈਟ 14.70 ਲੱਖ ਫਿਰ ਆਜੋ ਦੀ ਸਥਿਤੀ ਕੀ ਆ ਕੋਈ ਸਥਿਤੀ ਪਤਾ ਹੀ ਕਿਸੇ ਨੂੰ ਨਹੀਂ ਜੇ ਪੁੱਛੋ ਮਿਨਿਸਪਲ ਕਾਉਂਸਲ ਨੂੰ ਵੀ ਦੱਸੋ ਗਰੀਬਾਂ ਲਈ ਮਕਾਨ ਰਾਖਵੇਂ ਰੱਖਣੇ ਸੀ ਐਨੇ ਪਰਸੈਂਟ ਉਹ ਕਿੱਥੇ ਗਏ ਬੋਲ ਦੇ ਦੀ ਬੋਲੇ ਇਸ ਨੇ 2018 ਚ ਕਥਿਤ ਤੌਰ ਤੇ ਗਲਤ ਮਲਤ ਦੀ ਜਾਂਚ ਕਰਕੇ ਇੱਕ ਕੈਂਸਲੇਸ਼ਨ ਰਿਪੋਰਟ ਅਦਾਲਤ ਨੂੰ ਦਿੱਤੀ 15 10 18 ਨੂੰ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਅਮਨ ਸ਼ਰਮਾ ਨੇ ਪੁਲਿਸ ਦੀ ਉਹ ਕੈਂਸਲੇਸ਼ਨ ਰਿਪੋਰਟ ਰੱਦ ਕਰਤੀ ਵੀ ਪਰਚਾ ਦਰਜ ਨਹੀਂ ਹੋਣਾ ਕਿਉਂਕਿ ਕੰਪਲੇਨੈਂਟ ਸਤਨਾਮ ਦਾ ਹਾਜ਼ਰ ਸੀ ਅਦਾਲਤ 'ਚ ਉਹ ਕਹਿੰਦਾ ਜੀ ਮੈਂ ਸੈਟੀਸਫਾਈਡ ਹੈ ਨਹੀਂ ਕਿ ਕਹਿੰਦੇ ਸਾਨੂੰ ਕੁਝ ਬੂਤ ਨਹੀਂ ਮਿਲੇ ਸਬੂਤ ਸਾਰੇ ਸੜਕ 'ਤੇ ਪਏ ਆ ਗਰਾਊਂਡ 'ਚ ਪਏ ਆ ਐਡੀ ਬਿਲਡਿੰਗ 'ਤੇ ਬਣੀ ਹੋਈ ਆ ਦਿਖੀ ਜਾਂਦੇ ਆ ਨੇ ਨੂੰ ਵੀ ਦਿਖਦੇ ਆ ਤੇ ਫਿਰ ਕਾਹਨਾਂ ਚ ਵੀ ਸਾਰਾ ਕੁਝ ਹੈਗਾ ਵੀ ਨਕਸ਼ਾ ਬਦਲਿਆ ਗਿਆ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਸਬੂਤ ਨਹੀਂ ਮਿਲੇ ਤੇ ਰੱਦ ਕਰ ਦਿਓ ਜੱਜ ਕਹਿੰਦਾ ਵੀ ਨਹੀਂ ਅਸੀਂ ਰੱਦ ਕਰਨਾ ਨਹੀਂ ਫਿਰ ਅੱਗੇ ਆਉਂਦੇ ਆ ਜੀ ਦੂਜੀ ਰਿਪੋਰਟ 2021 ਚ ਤੌਰ ਤੇ ਜੱਜ ਸਾਹਿਬ ਨੂੰ ਜੱਜ ਸੀਗੀ ਉਦੋਂ ਉਹਦਾ ਨਾਂ ਸੀਗਾ ਜੀ ਸ਼ਿਲਪੀ ਗੁਪਤਾ ਸ਼ਿਲਪੀ ਗੁਪਤਾ ਨੂੰ ਕਹਿੰਦੇ ਆਈਓ ਸਾਹਿਬ ਜਾ ਕੇ ਪੁਲਿਸ ਵਾਲੇ ਬਈ ਉਹ ਲੱਭਦਾ ਨਹੀਂ ਸਤਨਾਮ ਦਾਉ ਬੜੇ ਅਸੀਂ ਇਹਨੂੰ ਰੁੱਕੇ ਭੇਜੇ ਸੰਬੰਧ ਭੇਜੇ ਉਹ ਆਇਆ ਨਹੀਂ ਸਾਡੀ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋਇਆ ਇੱਕ ਵਾਰੀ ਵੀ ਨਹੀਂ ਬੁਲਾਇਆ ਗਿਆ ਸ਼ਿਕਾਇਤ ਕਰਤਾ ਨੂੰ ਵੀ ਸਾਨੂੰ ਗਾਈਡ ਕਰ ਦੇ ਤੇਰੇ ਕੋਲ ਕੀ ਕੀ ਜਾਣਕਾਰੀ ਹੈ ਸਾਨੂੰ ਗਾਈਡ ਕਰ ਦੇ ਪੁਲਿਸ ਵਾਲਿਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜਦੋਂ ਕੋਸ਼ਿਸ਼ ਨਹੀਂ ਕੀਤੀ ਉੱਥੇ ਪਹੁੰਚਿਆ ਨਹੀਂ ਫਿਰ ਅਦਾਲਤ 'ਚ ਜਾ ਕੇ ਬਿਆਨ ਦਿੰਦਾ ਆਈਓ ਜਿਹੜਾ ਵੀ ਥਾਣੇਦਾਰ ਸੀ ਉੱਥੇ ਜਿਹੋ ਜਿਹਾ ਵੀ ਸੀ ਕਹਿੰਦਾ ਜੀ ਉਹ ਅਨਟਰੇਸਿਬਲ ਉਗਾਇਬ ਹੋ ਗਿਆ ਲੱਭਦਾ ਨਹੀਂ ਜੱਜ ਸਿਆਣੀ ਸੀ ਉਹਨੇ ਫਿਰ ਜਿਹੜਾ ਦੇਸ਼ ਜਾਰੀ ਕੀਤਾ 9421 ਨੂੰ ਕਹਿੰਦੀ ਥਾਣੇਦਾਰ ਨੂੰ ਵੀ ਬਈ ਤੂੰ ਪਹਿਲਾਂ ਟਰੇਸ ਕਰ ਉਹਨੂੰ ਲੱਭ ਕੇ ਲਿਆ ਜਦੋਂ ਤੂੰ ਲੱਭ ਕੇ ਲਿਆਏਂਗਾ ਫੇਰ ਤੇਰੇ ਪਰਚੇ ਨੂੰ ਮੈਂ ਫੈਸਲਾ ਕਰੂੰ ਤੇਰੀ ਰਿਪੋਰਟ ਨੂੰ ਰੱਦ ਕਰਨਾ ਕਿ ਨਹੀਂ ਕਰਨਾ ਉਦੋਂ ਬਾਅਦ ਹੀ ਮਾਮਲਾ ਡੱਟ ਗਿਆ ਹੁਣ ਆਜੋ ਤੀਜੀ ਰਿਪੋਰਟ ਤੇ 2023 ਜੀ ਪੁਲਸ ਨੇ ਪੰਜਾਬ ਪੁਲਸ ਨੇ ਬਾਰ ਬਾਰ ਅੱਤੀ ਰਿਪੋਰਟ ਠੋਕਦੀ ਰੱਦ ਕਰ ਦਿਓ ਪਰਚਾ ਰੱਦ ਕਰ ਦਿਓ ਬੰਦਾ ਤੁਸੀਂ ਕੋ ਫੜਿਆ ਨਹੀਂ ਸਬੂਤ ਤੁਹਾਡੇ ਕੋਲ ਸਾਹਮਣੇ ਆ ਤੁਸੀਂ ਦੇਖਦੇ ਨਹੀਂ ਤੇ ਕਹੀ ਜਾਂਦੇ ਹੋ ਵੀ ਤੁਸੀਂ ਗਰੀਬਾਂ ਦੇ ਜਿਹੜੇ ਹੱਕ ਆ ਉਹ ਜਿਹੜਾ ਖਾਕੂ ਗਿਆ ਉਹ ਨਹੀਂ ਛੱਡ ਦਿਓ ਤੇ 2023 ਦੇ ਇਹ ਜਿਹੜਾ ਕੈਨਸਲੇਸ਼ਨ ਰਿਪੋਰਟ ਆ ਇਹ ਹੁਣ ਪੈਂਡਿੰਗ ਪਈ ਆ ਇਮਾਨ ਵੀਰ ਸਿੰਘ ਢਾਲੀਵਾਲ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਉਹ ਛੁੱਟੀ ਗਏ ਹੋਇਆ ਕਾਫੀ ਦਿਨਾਂ ਤੋਂ ਅਦਾਲਤ ਦੇ ਵਿੱਚ ਆ ਨਹੀਂ ਰਹੇ ਤਰੀਕ ਅਗਲੀ ਪੈ ਗਈ ਆ ਇਸ ਕੈਂਸਲੇਸ਼ਨ ਰਿਪੋਰਟ ਤੇ ਪੂਰੀ ਨਜ਼ਰ ਬਣਾ ਕੇ ਰੱਖਾਂਗੇ ਪਰ ਮੈਂ ਇੱਥੇ ਇੱਕ ਚੀਜ਼ ਕਹਿਣਾ ਚਾਹੁੰਦਾ ਅਦਾਲਤਾਂ ਇਹ ਇਹਨਾਂ ਕਹਿਣਾ ਕਾਫੀ ਨਹੀਂ ਵੀ ਕੰਪਲੇਨੈਂਟ ਐਗਰੀ ਨਹੀਂ ਕਰਦਾ ਤੇ ਤੁਸੀਂ ਰੀ ਇਨਵੈਸਟੀਗੇਸ਼ਨ ਕਰ ਲਓ ਠੀਕ ਆ ਉਹ ਇੱਕ ਪੁਆਇੰਟ ਹੈਗਾ ਜੱਜ ਨੂੰ ਖੁਦ ਚਾਹੀਦਾ ਸਾਰੀ ਕੈਨਸਲੇਸ਼ਨ ਰਿਪੋਰਟ ਜਿਹੜੀ ਭੇਜ ਰਹੀ ਆ ਪੁਲਿਸ ਉਹਦੀ ਤੈਅ ਤੱਕ ਜਾਏ ਉਹਦੀ ਫਾਈਲ ਦੇਖੇ ਤੇ ਫਿਰ ਕੰਪਲੇਨੈਂਟ ਨੂੰ ਬੁਲਾ ਕੇ ਪੁੱਛੇ ਵੀ ਦੱਸ ਕਿਹੜੀਆਂ ਕਿਹੜੀਆਂ ਕਮੀਆਂ ਫਿਰ ਆਪਣਾ ਜਿਹੜਾ ਜੇ ਉਹ ਰੱਦ ਕਰਦਾ ਕੈਨਸਲੇਸ਼ਨ ਰਿਪੋਰਟ ਨੂੰ ਤੇ ਆਦੇਸ਼ ਦਿੰਦਾ ਕਿ ਦੀ ਰੀ ਇਨਵੈਸਟੀਗੇਸ਼ਨ ਕਰੋ ਤਾਂ ਫਿਰ ਉਹ ਪੁਆਇੰਟ ਕੱਢ ਕੇ ਜੱਜ ਨੂੰ ਲਿਖਨੇ ਚਾਹੀਦੇ ਆ ਵੀ ਆ ਚੀਜ਼ਾਂ ਤਾਂ ਤੁਸੀਂ ਪਤਾ ਹੀ ਨਹੀਂ ਕੀਤੀਆਂ ਆ ਫੁਲਾਨੀ ਚੀਜ਼ ਨਹੀਂ ਪਤਾ ਕੀਤੀ ਤੁਸੀਂ ਆ ਪਹਿਲਾ ਨਕਸ਼ਾ ਕਿਉਂ ਨਹੀਂ ਦੇਖਿਆ ਆ ਦੂਜਾ ਨਕਸ਼ਾ ਆ ਗਿਆ ਸਾਰੀਆਂ ਗੱਲਾਂ ਪੁੱਛੋ ਜਿਹੜੇ 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 ਲੋੱਟੀ ਆ ਜਿਹਨਾਂ ਜਿਹੜੇ ਬੈਠੇ ਆ ਉਹ ਮਕਾਨਾਂ ਦੇ ਵਿੱਚ ਉਹਨਾਂ ਦੀ ਇਨਕਮ ਟੈਕਸ ਰਿਟਰਨ ਵੇਖੋ ਕੀ ਉਹ ਸ਼ਰਤਾਂ ਪੂਰੀਆਂ ਕਰਦੇ ਸੀ ਕੀ ਉਹ 10 ਸਾਲ ਤੋਂ ਪੰਜਾਬ 'ਚ ਰਹਿ ਰਹੇ ਸੀ ਕਿ ਬਾਹਰਲੇ ਸੂਬਿਆਂ ਦੇ ਤਨਿਭਾਤੇ ਤੁਸੀਂ ਸਾਰੀਆਂ ਗੱਲਾਂ ਫਿਰ ਇਹ ਜੱਜ ਸਾਹਿਬ ਖੁਦ ਦੇਖ ਲੈਣ ਕਿਉਂਕਿ ਜਿਹੜੀ ਉਮੀਦ ਆ ਸਿਰਫ ਅਦਾਲਤਾਂ ਤੇ ਰਹਿ ਗਈ ਹੁਣ ਜੇ ਅਦਾਲਤਾਂ ਥੋੜਾ ਸਮਾਂ ਲਾ ਕੇ ਪੁਲਿਸ ਦੀ ਕਾਰਵਾਈ ਨੂੰ ਘੋਗ ਲੈਣ ਜਾਂਚ ਲੈਣ ਤੇ ਲੋਕਾਂ ਦਾ ਫਾਇਦਾ ਹੋ ਸਕਦਾ ਅੱਗੇ ਆਉਂਦੇ ਜੀ ਹੁਣ ਇਹ ਰਿਪੋਰਟ ਜਦੋਂ ਫੈਸਲਾ ਹੋਊਗਾ ਤੇ ਮੈਂ ਤੁਹਾਨੂੰ ਫੇਰ ਦੱਸਾਂਗੇ ਜ਼ਿਕਰ ਇਹ ਹੋ ਗਾ ਕਿ 2015 ਚ ਸ਼ਿਕਾਇਤ ਕਰਤਾ ਸਤਨਾਮ ਸਿੰਘ ਦੋਂ ਤੇ ਇੱਕ ਬਹੁਤ ਭਾਰੀ ਹਮਲਾ ਕੀਤਾ ਗਿਆ ਕੁਝ ਵਿਕਤੀਆਂ ਤੋਂ ਗੱਡੀਆਂ 'ਚ ਬੁੰਡੇ ਆਏ ਕੁੱਟਿਆ ਮਾਰਿਆ ਜ਼ਖਮੀ ਕਰਕੇ ਫਟੜ ਕਰਕੇ ਛੱਡ ਗਏ ਐਫ ਆਈ ਆਰ ਨੰਬਰ 10/2015 ਮੁਹਾਲੀ ਦੇ ਵਿੱਚ ਦਰਜ ਹੋ ਗਈ ਪਰ ਖਦਮ ਦੋਂ ਬਚ ਗਿਆ ਹੁਣ ਇਸ ਕੇਸ ਦੇ ਵਿੱਚ ਹਜੇ ਤੱਕ ਪੰਜਾਬ ਪੁਲਿਸ ਨੂੰ ਕੋਈ ਬੰਦਾ ਲੱਭਿਆ ਨਹੀਂ ਇਹ ਠੰਡੇ ਬਸਤੇ ਚ ਪਈ ਐਫ ਆਈ ਆਰ ਤੇ ਬਸ ਇਹ ਰੱਦ ਜੀ ਕੀਤੀ ਪਈ ਆ ਹੁਣ ਇਹ ਜਿਹੜਾ ਜਿਹੜਾ ਇਨਸੀਡੈਂਟ ਹੋਇਆ ਹਮਲਾ ਹੋਇਆ ਇਹ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ ਇਹ ਤੁਹਾਡੀ ਮਰਜ਼ੀ ਆ ਬਾਕੀ ਗੱਲਾਂ ਸਾਰੀਆਂ ਸਪਸ਼ਟੀ ਆ EWS ਸਕੀਮ ਇਕਨੋਮਿਕਲੀ ਵਿਕਰ ਸੈਕਸ਼ਨ ਦੀ ਸਕੀਮ ਦੀ ਵੋਲੇਸ਼ਨ ਪਾਰਲੀਮੈਂਟ ਤੱਕ ਵੀ ਗੂੰਜੀ ਉਸ ਵਕਤ ਦੇ ਐਮਪੀ ਧਰਮਵੀਰ ਗਾਂਧੀ ਜਿਹੜੇ ਪਟਿਆਲੇ ਤੋਂ ਸੀ ਤੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਇਹ ਮਸਲਾ ਸਤਨਾਮ ਦੋਂ ਦੀ امداد ਦੇ ਨਾਲ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਪੇਸ਼ ਕੀਤਾ ਮੀਟਿੰਗਾਂ ਸ਼ੁਰੂ ਹੋ ਗਈਆਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਚੋਂ ਮੀਟਿੰਗਾਂ ਸ਼ੁਰੂ ਹੋ ਗਈਆਂ ਸਟੈਂਡਿੰਗ ਕਮੇਟੀ ਜਾਣ ਲੱਗੀ ਲੋਕਾਂ ਨੂੰ ਪੁੱਛਣਾ ਅਫਸਰਾਂ ਨੂੰ ਪੁੱਛਣ ਲੱਗੀ ਠੀਕ ਆ ਮਸਲਾ ਉੱਠਿਆ ਪਾਰਲੀਮੈਂਟ ਤੱਕ ਪਹੁੰਚਿਆ ਪਰ ਅੱਜ ਤੱਕ ਪਾਰਲੀਮੈਂਟ ਦੇ ਦਖਲ ਦੇ ਬਾਵਜੂਦ ਇਕਨੋਮਿਕਲੀ ਵਿਕਰ ਸੈਕਸ਼ਨਸ ਨੂੰ ਫਲੈਟ ਘਟਬਟ ਪੰਜਾਬ ਚ ਨਹੀਂ ਮਿਲਿਆ ਇਹ ਸਾਡੀ ਪਾਰਲੀਮੈਂਟ ਦੇ ਐਮਪੀਜ਼ ਦੀ ਕਾਰਗਰਤਗੀ ਆ ਪਾਈ ਜਾਂਦੇ ਰੌਲਾ ਆਦੇਸ਼ ਦੇਈ ਜਾਂਦੇ ਸੁਣਦਾ ਕੋਈ ਨਹੀਂ ਅਸੀਂ ਇਸ ਖਬਰ ਦੇ ਸਬੰਧ ਦੇ ਵਿੱਚ ਐਸ ਬੀ ਪੀ ਦੇ ਜਿਹੜੇ ਐਮ ਡੀ ਸਾਹਿਬ ਆ ਉਹਨਾਂ ਨਾਲ ਗੱਲ ਕੀਤੀ ਕੋਸ਼ਿਸ਼ ਕੀਤੀ ਰਮਨ ਸਿੰਘਲਾ ਅਸੀਂ ਉਹਨਾਂ ਨੂੰ ਸਵਾਲ ਭੇਜੇ ਸਵੇਰੇ 9:40 ਤੇ WhatsApp ਜਦੋਂ ਜਵਾਬ ਨਹੀਂ ਆਇਆ 1:30 2 ਵਜੇ ਅਸੀਂ ਫੇਰ ਫੋਨ ਕੀਤਾ ਉਹਨਾਂ ਨੂੰ ਵੀ ਸਿੰਘਲਾ ਸਾਹਿਬ ਜਵਾਬ ਦੇ ਦਿਓ ਸਿੰਘਲਾ ਨੇ ਫੋਨ ਚੱਕ ਲਿਆ ਕਹਿੰਦੇ ਆਪਾਂ ਮਿਲ ਲੈਨੇ ਆ ਮੇਰੇ ਮਿਲਣ ਦੀ ਤਾਂ ਗੱਲ ਏਡੀ ਹੈ ਨਹੀਂ ਕੋਈ ਜੋ WhatsApp ਤੇ ਸੰਸਵਾਲ ਭੇਜਿਆ ਤੁਸੀਂ ਮੈਰੇ ਵਾਈਸ ਜਵਾਬ ਦੇ ਦਿਓ WhatsApp ਤੇ ਗੱਲ ਹੀ ਮੁੱਕ ਜਾਂਦੀ ਹੈ ਫੇਰ ਕਹਿੰਦੇ ਜੀ ਕੋਈ ਨਹੀਂ ਤੁਸੀਂ ਫਿਰ ਮੈਂ ਤਾਂ ਦੋ ਤਿੰਨ ਦਿਨ ਬਾਅਦ ਆਇਆ ਤੇ ਦੋ ਤਿੰਨ ਦਿਨ ਬਾਅਦ ਗੱਲ ਕਰੂੰਗਾ ਮੈਂ ਜੇ ਸਮਾਂ ਮੇਰੇ ਕੋਲ ਇੰਨਾ ਕੀ ਹੈ 2 ਘੰਟੇ ਜਵਾਬ ਦੇਣਾ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਫਿਰ ਇਹੋ ਕਹਿੰਦੇ ਫਿਰ ਤੁਸੀਂ ਆ ਜਾਓ ਦਫ਼ਤਰ ਮੈਂ ਦਫ਼ਤਰ ਤਾਂ ਮੈਂ ਆਉਣਾ ਨਹੀਂ ਤੇ ਤੁਸੀਂ ਕਿਸੇ ਬੰਦੇ ਨੂੰ ਜੇ ਭੇਜਣਾ ਮੇਰੇ ਘਰੇ ਭੇਜ ਦਿਓ ਤੇ ਆਪਣਾ ਕੋਈ ਮੈਨੇਜਰ ਵਗੈਰਾ ਆਫੀਸਰ ਤੇ ਆਪਣੀ ਡਿਟੇਲ ਜਿਹੜੀ ਹੈਗੀ ਆ ਮੈਨੂੰ ਕਾਗਜ਼ ਪੱਤਰ ਤੁਹਾਡੇ ਵਿਖਾ ਦੇ ਜੇ ਤੁਹਾਡਾ ਪੱਖ ਹੈਗਾ ਜੇ ਤੁਹਾਡੇ ਹੱਕ 'ਚ ਤੁਹਾਡੇ ਕੋਲ ਕੋਈ ਗੱਲ ਦਲੀਲ ਹੈਗੀ ਆ ਤਾਂ ਸਿੰਘਲਾ ਸਾਹਿਬ ਮੈਂ ਆਪਣੀ ਵੀਡੀਓ ਦੇ ਵਿੱਚ ਉਹਨੂੰ ਪੂਰਾ ਸਮਾਂ ਦੇਵਾਂਗਾ ਪੂਰਾ ਸਮਾਂ ਇਮਾਨਦਾਰੀ ਨਾਲ ਖੁੱਲ ਕੇ ਦੇਵਾਂਗਾ ਜੇ ਤੁਹਾਡੇ ਕੋਲ ਕੋਈ ਦਲੀਲ ਹੈਗੀ ਆ ਤੁਹਾਡੇ ਹੱਕ 'ਚ ਤੇ ਫਿਰ ਜੀ ਹੁਣ ਤੱਕ ਮਲਕੀਏ 10 ਘੰਟੇ ਬੀਤਣ ਤੋਂ ਬਾਅਦ SBP ਦੇ MD ਸਿੰਗਲਾ ਸਾਹਿਬ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤੀ ਹੁਣ ਉਹਨੇ ਜੀ ਮਿਊਨਿਸਪਲ ਕਾਉਂਸਲ ਦੇ ਐਗਜ਼ੀਕਟਿਵ ਆਫੀਸਰ ਭੁਪਿੰਦਰ ਸਿੰਘ ਤੇ ਭੁਪਿੰਦਰ ਸਿੰਘ ਨੂੰ ਵੀ 9:40 ਮਿੰਟ ਤੇ ਸੇਮ ਕੁਐਸਚਨ ਅਸੀਂ ਭੇਜੇ ਥੋੜਾ ਜਿਹਾ ਹੇਅਰ ਫੇਅਰ ਕੀਤਾ ਸਵਾਲਾਂ 'ਚ ਤੇ ਉਹ ਫਿਰ ਅਸੀਂ ਜਦੋਂ ਨਾ ਜਵਾਬ ਆਇਆ ਤਾਂ ਫਿਰ ਅਸੀਂ ਦੁਪਹਿਰੇ ਜਿਸ ਵਕਤ ਸਿੰਗਲਾ ਸਾਹਿਬ ਨੂੰ ਫੋਨ ਕੀਤਾ ਉਦੋਂ ਹੀ ਫਿਰ ਉਹਨਾਂ ਨੂੰ ਕਰ ਲਿਆ ਉਹ ਫੋਨ ਨਾਲ ਨਹੀਂ ਕੱਟਦੇ ਹੋਏ ਜਵਾਬ ਦਿੱਤਾ ਮੈਸੇਜ ਪਾਇਆ ਕਿ ਜੇ ਗੱਲ ਕਰਨੀ ਹੈ ਟੈਕਸਟ ਕਰੋ ਯਾਨੀ ਕਿ ਮੈਸੇਜ ਪਾਓ ਫਿਰ ਜੀ ਮੈਂ ਉਹਨਾਂ ਨੂੰ ਐਸਐਮਐਸ ਕੀਤਾ ਮੈਂ ਕਿ ਜੀ ਜਵਾਬ ਤੁਸੀਂ ਮੈਂ ਦਿਨਾਂ ਤੋਂ ੜੀਕ ਰਹੇ ਆ ਮੈਂ ਤੁਹਾਨੂੰ ਵਟਸਐਪਸ ਵੀਰ ਦੇ ਦਿੱਤੇ 9:40 ਮਿੰਟ ਦੇ ਤੇ ਤੁਸੀਂ ਹੁਣ ਫੇਰ ਮੰਗੀ ਜਾਂਦੇ ਹੋ ਵੀ ਟੈਕਸਟ ਕਰ ਦਿਓ ਲਓ ਐਸਐਮਐਸ ਟੈਕਸਟ ਵੀ ਕਰ ਦਿੰਦੇ ਤੇ ਮੈਨੂੰ 4:30 ਵਜੇ ਤੱਕ ਜਵਾਬ ਦੇ ਦਿਓ ਇਹ ਨਕਸ਼ਾ ਬਦਲਿਆ ਕਿਵੇਂ ਗਿਆ ਕਿਹੜੇ ਅਧਿਕਾਰੀ ਸੀ ਮਿਊਨਿਸਪਲ ਕਾਉਂਸਲ ਦੇ ਜਿਨ੍ਹਾਂ ਨੇ ਇਹ ਕਾਂਡ ਕੀਤਾ ਇਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਗਰੀਬਾਂ ਦਾ ਹੱਕ ਮਾਰਿਆ ਇਹੋ ਸਾਹਿਬ ਦੱਸੋ ਫਿਰ ਦੱਸੋ ਹੁਣ ਸਟੇਟਸ ਕੀ ਆ ਉਹਦੀ ਭਰਪਾਈ ਕੀਤੀ ਐਸਬੀਪੀ ਨੇ ਸ਼ਰਤਾਂ ਪੂਰੀਆਂ ਕੀਤੀਆਂ ਲੋਕਲ ਜਿਹੜੀ ਬਾਡੀਜ਼ ਮਹਿਕਮਾ ਫਿਰ ਅੱਗੇ ਵੇ ਕਿਹਾ ਭੁਪਿੰਦਰ ਸਿੰਘ ਨੂੰ ਮੈਨੂੰ ਦੱਸੋ ਤੁਹਾਡੀ ਜੂਰਿਸਡਿਕਸ਼ਨ ਦੇ ਵਿੱਚ ਖਰੜ ਦੇ ਆਸ-ਪਾਸੇ ਬਹੁਤ ਸੋਸਾਇਟੀਆਂ ਬਣੀਆਂ बड़े बिल्डरों ने कॉलोनीजर ने ਉੱਥੇ ਵੱਡੇ ਵੱਡੇ ਫਲੈਟ ਤੇ ਬਿਲਡਿੰਗਾਂ ਖੜੀਆਂ ਕੀਤੀਆਂ ਦੱਸੋ ਕਿੰਨੀਆਂ ਸੁਸਾਇਟੀਆਂ ਦੇ ਵਿੱਚ ईडब्ल्यूएस स्कीम ऑफ ਪੰਜਾਬ ਗਵਰਨਮੈਂਟ ਉਹ ਪੂਰੀ ਇੰਪਲੀਮੈਂਟ ਹੋਈ ਦੱਸੋ ਜੇ ਨਹੀਂ ਹੋਈ ਉਹਦਾ ਮੈਨੂੰ ਕਾਰਨ ਦੱਸੋ ਕਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਹੁਣ ਸਾਥਿਓ ਅਸੀਂ ਇੱਕ ਮੁਹਿੰਮ ਵੜ ਦਿੱਤੀ ਹੈ ਅਸੀਂ ਇਹ ਇਨਸ਼ੋਰ ਕਰਾਂਗੇ ਕਿ ईडब्ल्यूएस स्कीम ਦੇ ਵਿੱਚ ਗਰੀਬਾਂ ਨੂੰ ਮਕਾਨ ਮਿਲਣੇ ਚਾਹੀਦੇ ਆ ਤੇ ਜਿਹੜੇ ਬਿਲਡਰ ਸਕਲੋਨਾਈਜ਼ਰ ਮਾਰੀ ਵਿੱਚੇ ਦੱਬੀ ਬੈਠੇ ਸਰਕਾਰੀ ਮੁਲਾਜ਼ਮਾਂ ਦੀ ਮਦਦ ਨਾਲ ਉਹਨਾਂ ਨੂੰ ਅਸੀਂ ਬੜੀ ਜਲਦ ਹੌਲੀ ਹੌਲੀ ਸਟੈਪ ਬਾਈ ਸਟੈਪ ਬੇਨਕਾਬ ਕਰਦੇ ਜਾਵਾਂਗੇ ਪੰਜਾਬ ਦਸਤਾਵੇਜ਼ ਤੇ ਸਾਡੇ ਨਾਲ ਸਾਥ ਰਹੇਗਾ ਸਤਨਾਮ ਦੋਂ ਦੀ ਟੀਮ ਦਾ ਪੰਜਾਬ ਅਗੇਂਸਟ ਕ腐ਸ਼ਨ ਦਾ ਸਾਨੂੰ ਸਾਥ ਰਹੇਗਾ ਕੁਲਦੀਪ ਖਹਿਰਾ ਜਿਹੜੇ ਕੇ ਲੁਧਿਆਣੇ ਦੇ ਆਟੀ ਐਕਟਿਵਿਸਟ ਤੇ ਸਾਡੇ ਸਹਿਯੋਗੀ ਨੇ ਚਾਨੂੰ ਹੋਰ ਲੋਕਾਂ ਤੋਂ ਵੀ ਸਹਿਯੋਗ ਮਿਲ ਰਿਹਾ ਕਿਸਾਨ ਜਥੇਬੰਦੀਆਂ ਤੋਂ ਸਹਿਯੋਗ ਮਿਲ ਰਿਹਾ ਸਭ ਦਾ ਸਾਥ ਲੈ ਕੇ ਅਸੀਂ ਈਡਬਲਯੂਐਸ ਸਕੀਮ ਨੂੰ ਪੂਰੀ ਤਰ੍ਹਾਂ ਫਰੋਲਾਂਗੇ ਤੇ ਤੱਥ ਤੁਹਾਡੇ ਸਾਹਮਣੇ ਲੈ ਕੇ ਛੇਤੀ ਤੋਂ ਛੇਤੀ ਆਵਾਂਗੇ ਤੇ ਮੈਨੂੰ ਹੁਣ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਿਸ